ਸਤਿ ਸ਼੍ਰੀ ਅਕਾਲ ਜੀ। ਡੈਸਟਨੀ ਪਲੈਨਰ ਦੇ ਯੂਟਿਊਬ ਚੈਨਲ 'ਚ ਤੁਹਾਡੇ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਸਵਾਗਤ ਕਰਦੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਨੋਟੀਫਿਕੇਸ਼ਨ 'ਤੇ ਕਲਿੱਕ ਕਰਨਾ ਨਾ ਭੁੱਲਿਓ, ਤਾਂ ਕਿ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਜਿਹੜੀ ਵੀ ਲੇਟੈਸਟ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਦੀ ਆ ਉਹਦਾ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾ ਪਾਈਏ। ਉਹਦੇ ਕਰਕੇ ਤੁਹਾਨੂੰ ਬੈਲ ਨੋਟੀਫਿਕੇਸ਼ਨ 'ਤੇ ਕਲਿੱਕ ਕਰਨਾ ਬਹੁਤ ਜ਼ਰੂਰੀ ਆ, ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਫੋਨ ਸਕਰੀਨ 'ਤੇ ਜਾਂ ਤੁਹਾਡੇ ਲੈਪਟੋਪ ਸਕਰੀਨ 'ਤੇ ਤੁਹਾਨੂੰ ਈਜ਼ੀਲੀ ਮਿਲ ਜਾਵੇ। ਅੱਜ ਦੀ ਜਿਹੜੀ ਵੀਡੀਓ ਆ ਉਹਨਾਂ ਲੋਕਾਂ ਲਈ ਜਿਹੜੇ ਇਟਲੀ ਦੇ ਵਿੱਚ ਜਾ ਕੇ ਆਪਣਾ ਸੈੱਟ ਹੋਣਾ ਚਾਹੁੰਦੇ ਨੇ, ਇਟਲੀ ਵਿੱਚ ਜਾ ਕੇ ਆਪਣਾ ਰੁਜ਼ਗਾਰ ਕਮਾਉਣਾ ਚਾਹੁੰਦੇ ਨੇ ਉਹਨਾਂ ਲਈ, ਕਿਉਂਕਿ ਲਾਸਟ ਟਾਈਮ ਜਦੋਂ ਅਸੀਂ ਇਟਲੀ ਦੇ ਪੇਪਰ ਲਈ ਅਪਲਾਈ ਕੀਤੇ ਸੀ ਬਹੁਤ ਸਾਰੀ ਕੁਐਰੀਜ਼ ਆਈ ਸਾਡੇ ਕੋਲ, ਬਹੁਤ ਸਾਰੇ ਪੇਪਰ ਅਸੀਂ ਸਬਮਿਟ ਵੀ ਕਰਾਏ ਔਰ ਬਹੁਤ ਸਾਰੇ ਵੀਜ਼ਾਸ ਵੀ ਕਰਵਾ ਕੇ ਦਿੱਤੇ। ਇਸ ਵਾਰੀ ਫਿਰ ਅਸੀਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣ ਜਾ ਰਹੇ ਹਾਂ ਕਿ ਇਟਲੀ ਇੱਕ ਵਾਰ ਤੋਂ ਫਿਰ ਆਪਣੇ 9 ਮਹੀਨੇ ਵਾਲੇ ਸੀਜ਼ਨਲ ਵਰਕਰ ਵਾਲੇ ਪੇਪਰ ਖੋਲ੍ਹਣ ਜਾ ਰਿਹਾ। ਅਗਰ ਕਿਸੇ ਨੇ ਵੀ 9 ਮਹੀਨੇ ਵਾਲੇ ਪੇਪਰ ਤੁਸੀਂ ਭਰਨੇ ਹੈ ਜਾਂ ਉਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਾਡੇ ਆਫਿਸ ਆ ਕੇ ਤੁਸੀਂ ਲੈ ਸਕਦੇ ਹੋ। 9 ਮਹੀਨੇ ਵਾਲੇ ਲਾਸਟ ਟਾਈਮ ਜਦੋਂ 9 ਮਹੀਨੇ ਔਰ 12 ਮਹੀਨੇ ਵਾਲੇ ਦੋਨਾਂ ਦੇ ਪੇਪਰ ਖੁੱਲ੍ਹੇ ਸੀਗੇ, ਇਸ ਵਾਰੀ ਜਿਹੜਾ ਕੋਟਾ ਉਹਨਾਂ ਨੇ ਲਾਸਟ ਟਾਈਮ ਤੋਂ ਵੀ ਵਧਾ ਕੇ 83,000 ਦਾ ਕਰਤਾ, ਯਾਨੀ ਕਿ 83,000 ਉਹਨਾਂ ਨੇ ਜਿਹੜਾ ਸੀਜ਼ਨਲ ਵਰਕਰ ਅਤੇ ਬੰਦੇ ਬੁਲਾਉਣੇ ਨੇ। ਅਤੇ ਇਸ ਵਾਰੀ ਜਿਨ੍ਹਾਂ ਨੇ ਨਹੀਂ ਭਰੇ ਜਾਂ ਜਿਨ੍ਹਾਂ ਦੇ ਪਿਛਲੀ ਵਾਰ ਨਹੀਂ ਨਿਕਲੇ ਉਹਨਾਂ ਦੇ ਜ਼ਿਆਦਾ ਚਾਂਸ ਹੈ ਇਸ ਵਾਰੀ ਪੇਪਰ ਨਿਕਲਣ ਦੇ ਵਿੱਚ, ਇਸ ਕਰਕੇ ਆਪਣਾ ਜਿਨ੍ਹਾਂ ਨੇ ਭਰਨਾ ਚਾਹੁੰਦੇ ਆ ਉਹ ਆਪਣੇ ਪੇਪਰ ਜ਼ਰੂਰ ਭਰਵਾਉਣ। ਅਗਰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਸਾਡੇ ਫਿਰੋਜ਼ਪੁਰ ਆਫਿਸ ਦੇ ਵਿੱਚ ਆ ਕੇ ਤੁਸੀਂ ਸਾਡੇ ਕੋਲੋਂ ਇਨਫੋਰਮੇਸ਼ਨ ਲੈ ਸਕਦੇ ਹੋ। ਮੈਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਆਪਣੀ ਈਮੇਲ ID ਸ਼ੇਅਰ ਕਰ ਦੂੰਗਾ। ਔਰ ਹਾਂ, ਇੱਕ ਚੀਜ਼ ਹੋਰ, ਜਦੋਂ ਵੀ ਤੁਸੀਂ ਆਉਣਾ ਆਪਣਾ ਪਾਸਪੋਰਟ ਨਾਲ ਲੈ ਕੇ ਆਉਣਾ ਆ, ਪੇਪਰ ਪਾਸਪੋਰਟ ਤੋਂ ਬਿਨਾਂ ਅਸੀਂ ਪੇਪਰ ਅਪਲਾਈ ਨਹੀਂ ਕਰਦੇ। ਜਦੋਂ ਵੀ ਜਿਸ ਕਿਸੇ ਨੇ ਵੀ ਆਪਣੇ ਪੇਪਰ ਅਪਲਾਈ ਕਰਨੇ ਆ ਪਲੀਜ਼ ਪਾਸਪੋਰਟ ਆਪਣਾ ਜ਼ਰੂਰ ਲੈ ਕੇ ਆਇਓ। ਐਡਵਾਂਸ ਅਸੀਂ ਕੁਛ ਵੀ ਨਹੀਂ ਲੈਂਦੇ, ਆਫਟਰ ਵੀਜ਼ਾ ਪੇਮੈਂਟ ਹੋਏਗੀ ਔਰ ਸਕਿਉਰਟੀ ਅਸੀਂ ਸਕਿਉਰਟੀ ਵਾਸਤੇ ਐਫੀਡੇਵਿਟ ਨਾਲ ਜ਼ਰੂਰ ਲੈਂਦੇ ਹਾਂ। ਬਾਕੀ ਹੋਰ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਤੁਸੀਂ ਸਾਡੇ ਦਿੱਤੇ ਨੰਬਰਾਂ 'ਤੇ ਜਾਂ ਸਾਡੀ ਈਮੇਲ ਐਡਰੈਸ 'ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਮਿਲਦੇ ਆਪਾਂ ਨੈਕਸਟ ਵੀਡੀਓ 'ਚ, ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ।